ਹਰਿਮੰਦਰ ਸਾਹਿਬ ਨਤਮਸਤਕ ਹੋਣਾ ਹੈ, ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ 2019ਵੀਂ ਲੋਕਾਂ ਵਾਸਤੇ ਬਹੁਤ ਵਧੀਆ ਰਿਹਾ, ਦੁੱਖ ਸੁੱਖ ਨਾਲ ਨਾਲ ਚੱਲਦੇ ਰਹਿੰਦੇ ਆ, ਔਰ 2020 ਜਿਹੜਾ ਆਉਣ ਵਾਲਾ ਹੈ ਉਹ ਪਰਮਾਤਮਾ ਸਾਰਿਆਂ ਦੇ ਵਿਹੜਿਆਂ 'ਚ ਖੁਸ਼ੀਆਂ ਖਿੜੇ ਲੈ ਕੇ ਆਵੇ, ਔਰ ਦੇਸ਼ ਪ੍ਰਦੇਸ਼ ਵਿੱਚ ਵੱਸਦੇ ਪੰਜਾਬੀ ਭੈਣ ਭਰਾ, ਸਮੁੱਚਾ ਦੇਸ਼ ਸਾਡਾ ਜਿਹੜਾ ਵਾ ਉਹ ਅਗਾਂਹ ਵਧੇ, ਤਰੱਕੀਆਂ ਕਰਨ, ਖੁਸ਼ੀਆਂ ਮਾਨਣ, ਔਰ ਪਰਮਾਤਮਾ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਇਹ ਸਾਹਿਬ ਦੇ ਹੱਥ ਵਡਿਆਈਆਂ, ਜਿੱਥੇ ਜਿੱਥੇ ਤੱਕ ਉਹ ਹਿੰਮਤ ਬਖਸ਼ਣਗੇ, ਜਿੱਥੇ ਜਿੱਥੇ ਤੱਕ ਥਾਪੜਾ ਦੇਣਗੇ, ਜੋ ਵੀ ਕਰ ਸਕਦੇ ਹੋਏ ਪਾਕ ਸਾਫ ਨੀਅਤ ਦੇ ਨਾਲ ਉਹ ਕਰਾਂਗੇ ਜੀ। ਬਾਬਾ ਜੀ ਦੀ ਆਸ਼ੀਰਵਾਦ ਲੈਣ ਆਇਆ, ਉਸ ਦੇ ਤਰੀਕੇ ਨਾਲ ਹੀ ਮੇਰੇ ਸਾਰੇ ਵੀਰ ਭੈਣ ਭਰਾ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਸੇ ਤਰੀਕੇ ਨਾਲ ਕਰਨ, ਤੇ ਮੈਂ ਸਾਰੇ ਆਪਣੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ, ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਰੇ ਨਸ਼ਿਆਂ ਤੋਂ ਮੁਕਤ ਹੋ ਜਾਣ ਤੇ ਅੱਜ ਨਸ਼ੇ ਵਗੈਰਾ ਛੱਡ ਕੇ ਬਾਬਾ ਜੀ ਦੀ ਗੋਦ ਵਿੱਚ ਆਉਣ ਤੇ ਉਹਨਾਂ ਦਾ ਆਸ਼ੀਰਵਾਦ ਲੈਣ ਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਸ ਤਰੀਕੇ ਨਾਲ ਕਰਨ। ਹਮ ਤੋ ਫਸਟ ਟਾਈਮ ਆ ਰਹੇ, ਬਹੁਤ ਅੱਛਾ ਐਕਸਪੀਰੀਅੰਸ ਹੈ। ਹਮ ਲੋਗੋ ਕੋ ਨਿਊ ਈਅਰ ਯਹਾਂ ਸੈਲੀਬ੍ਰੇਟ ਕਰਨਾ ਥਾ, ਇਸੀ ਲਈ ਹਮ ਲੋਗ ਕਟਰਾ ਸੇ ਯਹਾਂ ਸਪੈਸ਼ਲੀ ਨਿਊ ਈਅਰ ਸੈਲੀਬ੍ਰੇਟ ਕਰਨੇ ਕੇ ਲਈ ਆਏ। ਮਹਾਰਾਜ ਜੀ ਦਾ ਦਰਸ਼ਨ ਕਰਨ ਆਏ, ਨਾਲੇ ਉਹਨਾਂ ਦਾ ਆਸ਼ੀਰਵਾਦ ਲੈਣ ਤਾਂ ਕਿ ਨਵਾਂ ਸਾਲ ਸਭ ਦੇ ਲਈ ਸਾਰੇ ਸੰਸਾਰ ਲਈ ਸੁਖਮਈ ਰਹੇ, ਜਿਹੜੇ ਪਿਛਲੇ ਹਾਦਸੇ ਹੋਏ ਉਹ ਨਾ ਹੋਣ ਇਹੋ ਜਿਹੇ ਹੋਣ। ਹਾਂਜੀ, ਸਾਰਿਆਂ ਦੇ ਮਨੋਕਾਮਨਾ ਜਿਹੜੀਆਂ ਹਨ ਸੁੱਖ ਸਮ੍ਰਿਧੀ ਸਾਰਿਆਂ ਦੀ ਰਹੇ, ਸਾਰਾ ਪੂਰਾ ਰਹੇ, ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਾ ਹੋਵੇ, ਆਪੋ ਚਿਤ ਪ੍ਰੇਮ ਭਾਈਚਾਰਾ ਰਹੇ,